ਹਾਂਜੀ ਕੀ ਕਰਦਾ ਵੀ ਯਾਰ ਆਪਾਂ ਫਿਰ ਤਾਂ ਨਿਊ ਵੀਡੀਓ ਦੇ ਨਾਲ ਅਤੇ ਪਿਛਲੀ ਵਾਰ ਆਪਾਂ ਬਲੈਂਸ ਨੂੰ ਲਾਤਾ ਸੀ ਤਾਂ ਗਲਤੀ ਨਾਲ ਮੈਂ ਤਾਂ ਓਕੇ ਨੱਪ ਹੋ ਗਿਆ ਸੀਗਾ ਅਤੇ ਉੱਥੇ ਅਤੇ ਮੈਨੂੰ ਪਤਾ ਲੱਗਿਆ ਇਹ ਬਸ ਥੋੜ੍ਹਾ ਬਹੁਤਾ ਮੈਂ ਰਿਸਰਚ ਰਿਸੂਰਚ ਕੀਤੀ ਆ ਅਤੇ ਉਹਦੇ ਮੁਤਾਬਿਕ ਮੈਨੂੰ ਹੁਣ ਜਾਣਾ ਪੈਣਾ ਟੂ ਆਈਲੈਂਡ 'ਤੇ। ਯਾਰ ਮੈਨੂੰ ਕੁਛ ਨਹੀਂ ਪਤਾ ਸੀ, ਮੈਂ ਤਾਂ ਉੱਦਾਂ ਹੀ ਅੰਨੇ ਵਾਰ ਮੈਂ ਜੈਸ ਨੋ ਕਰਨਾ ਸੀ ਜੈਸ ਕਰਤਾ ਅਤੇ ਉਹ ਗਲਤ ਪਾਸੇ ਆ ਗਿਆ। ਇੱਧਰ ਨੂੰ ਜਾਣਾ ਸਰ, ਦੇਖ ਲਾ ਪੋਕੀਮੋਨ ਦੀ ਹਾਲਤ ਦੇਖ ਲਈਏ ਕੀ ਆ। ਸਹੀ ਆ, ਬਸ ਪੀਰੀਅਡ ਥੋੜ੍ਹਾ ਜਿਹਾ ਘੱਟ ਲੱਗਦਾ, ਉਹ ਉਹਨੂੰ ਵੀ ਕਰ ਲੈਣਾ। ਨਹੀਂ ਨਹੀਂ ਤਾਂ ਨਹੀਂ ਜਾਣਾ, ਆਪਾਂ ਜਾਣਾ ਇੱਥੇ ਇੱਕ ਸੀਗਾ ਘਰ ਆ ਰਿਹਾ। ਸਕਿੱਪ ਐਂਡ ਕਲੇਮ ਦਾ ਜੋਏ ਦਾ ਗੇਮ ਸੈਂਟਰ ਆ ਨਾ, ਵੇਅਰ ਦਾ ਲੋਸਟ ਗੋਟ ਟੂ ਟੂਡੇ ਸ਼ੀ ਆਲਵੇਜ ਬਿਗਿਨ ਮੀ ਟੂ ਲੁੱਕ ਐਵਰੀ ਡੇ ਦਾ ਰਾਈਟ ਅਬਾਊਟ ਨਾਓ। You are you a friend of the Lestrade? Have you seen the Lestrade around? I did not know where she missing. I did not have to mistake, should be a head long ago. Lestrade could see it go look so wet something. What if something happened to the my lost? Please help me for find the gold search and three island. Okay, three island. What is the game center? How much does Saturn cannot this? Thor grow. This said there. They be wonder on the island to where are they? Hey, you is the one only three island are there. Try wake up to find the cover of the bed of the that this is the two island. Habited to get the friendly mode out of the place, my place. What would you like it to the pink to upper of my floor? Okay, ਅਤੇ ਇੱਕ ਚੀਜ਼ ਮੈਨੂੰ ਪਤਾ ਲੱਗੀ ਆ ਕਿ ਜਿੰਨਾ ਕੁ ਮੇਰੇ ਇੰਗਲਿਸ਼ ਟਰਾਂਸਲੇਸ਼ਨ ਚੱਲਣ ਦੀ, ਮੈਨੂੰ ਬੋਲਣਾ ਤਾਂ ਨਹੀਂ ਆਉਂਦਾ, ਮੈਨੂੰ ਪਤਾ ਸਮਝ ਆ ਜਾਂਦਾ ਵਾ, ਅਤੇ ਉਹਦੇ ਮੁਤਾਬਿਕ ਮੈਂ ਇੰਨਾ ਹੀ ਲੋਇਸਟ ਕੁੜੀ ਦਾ ਨਾਮ ਆ, ਹਾਂ ਉਹਨੂੰ ਫਾਇੰਡ ਕਰਨ ਜਾਵਾਂ ਅਤੇ 2 ਮਿੰਟ ਇੱਕ ਤੁਹਾਨੂੰ ਚੀਜ਼ਾਂ ਦਾ ਅਤੇ ਇੱਥੇ ਆਓ। ਪਹਿਲੇ ਨੰਬਰ 'ਤੇ ਆਪਣਾ ਸਟਾਰਟਰ ਰੱਖੋ, ਸਟਾਰਟਰ ਜਿਹੜਾ ਹੋਊਗਾ ਜਿਹੜਾ ਵਧੀਆ ਆਪਣਾ ਵੀਨਾਸੋਰ ਹੋਊਗਾ, ਅਤੇ ਕੀ ਨਾਂ ਲੈਂਦੇ ਹੁੰਦੇ ਵੀਨਾਸੋਰ, ਚਾਰਮੈਂਟਰ ਜਾਂ ਫਿਰ ਉਹ ਹੋਇਆ ਕਿ ਬਲਬਸੋਰ, ਵੀਨਾਸੋਰ ਬਲਾਸਟੋਇਜ ਜਿਹੜਾ ਮਰਜ਼ੀ ਹੋਇਆ ਤੁਹਾਡਾ ਉਹ ਲੈ ਕੇ ਆਓ, ਅਤੇ ਇੱਥੇ ਉਹਨੂੰ ਇੱਕ ਸਪੈਸ਼ਲ ਮੂਵ ਸਿਖਾਇਆ ਜਾਂਦਾ ਵਾ ਜਿਹੜੀ ਉਹਦੀ ਐਬਿਲਿਟੀ ਦੇ ਹਿਸਾਬ ਨਾਲ ਹੁੰਦਾ ਵਾ। ਜਿਹੜਾ ਫ੍ਰੀਜੀ ਪਲਾਂਟ ਮੈਨੂੰ ਸਿਖਾਇਆ ਵਾ, ਆ ਉਹਨਾਂ ਦਾ ਸਭ ਤੋਂ ਗ੍ਰੇਟੈਸਟ ਮੂਵ ਹੁੰਦਾ ਵਾ, ਬਸ ਇੱਕ ਵਾਰ ਸਿਖਾਉਣਾ ਹੁੰਦਾ ਵਾ। ਅਤੇ ਇਹਨੂੰ ਮੈਂ ਹਟਾਊਂਗਾ ਰੇਜ਼ਰ ਲੀਫ ਦੀ ਥਾਂ 'ਤੇ, ਦਿਖਾ ਦੇਣਾ 150 ਡੈਮੇਜ ਏਰੀਆ 50, ਅਤੇ ਦੇਖ ਸਕਦੇ ਹਾਂ ਆਹ ਸਪੈਸ਼ਲ ਅਟੈਕ ਹੋ ਜਾਂਦਾ ਇੱਕ ਨਾ। ਚਲੋ ਫਿਰ ਇੱਥੋਂ ਨਿਕਲੀਏ, ਹਾਂ ਮੇਰੇ ਗੱਲ 'ਚ ਕੀ ਪੈ ਗਿਆ, ਹਾਂ ਅਤੇ ਇੱਥੇ ਇੱਕ ਵਾਟਰਫਾਲ ਮੂਵ ਹੁੰਦਾ ਨਾ ਉਹ ਸਿਖਾਉਣਾ ਹੁੰਦਾ, ਇੱਥੇ ਕਿਹੜੇ ਪੋਕੀਮੋਨ ਗੋਲਡਕ ਵਾਟਰ ਟਾਈਪ ਹੈ ਯਾਰ, ਵਾਟਰ ਔਰ ਸਾਈਕਲ ਟਾਈਪ ਆ ਗੋਲਡਕ, ਇੱਕ ਹੋਰ ਬਹੁਤ ਲੈਵਲ ਦਾ ਯਾਰ। ਚੱਲ ਇਹਨੂੰ ਰੱਖ ਦੇਖੀਏ, ਲੈਵਲ ਅਪ ਹੋ ਜਾਣਾ ਆਪਣਾ ਫ੍ਰਿਜ ਪਲਾਂਟ। ਉਹ ਕੋਈ ਮੂਵ ਨਹੀਂ ਲੱਗ ਰਿਹਾ ਯਾਰ, ਇਹ ਨਹੀਂ ਮਿਸ ਹੋ ਗਿਆ ਅਤੇ 2 ਮਿੰਟ ਮੈਨੂੰ ਦੇਖ ਲੈਂਦੇ ਕੀ ਜਗਾ ਕਰਨਾ, ਲੇਟ ਸੀ ਯੂਜ ਕਰੀਏ ਪਹਿਲਾਂ ਤਾਂ
ਤੇ ਤੋਂ ਬਾਅਦ ਉਸ ਨਾ ਇਹਨੂੰ ਫੋਨ ਦੇਖੇ ਲੱਗਦਾ ਚੱਕ ਗਿਆ ਸਾਰਾ ਤੇ 2 ਮਿੰਟ ਰੱਖੂਗੇ ਓਕੇ ਤੇ ਗੋਲਡਕ ਨੂੰ ਹਰਾਤਾ ਪਰ ਮੈਂ ਫੜਨਾ ਸੀ ਇਹਨੂੰ ਪੜ੍ਹਨਾ ਸੀਗਾ ਪਤਾ ਨਹੀਂ ਗੋਲਡਕ ਨੂੰ ਹਰਾ ਕੇ ਦਿੱਤਾ ਮੈਂ ਚੱਲ ਲੈਵਲ ਅਪ ਹੋ ਗਿਆ ਮੇਰਾ ਪੂਰਾ ਲੈਵਲ ਅਪ ਹੋ ਗਿਆ ਚਲੋ 42 ਦਾ ਪਹਿਲਾਂ ਆਪਾਂ 3 ਵਾਲੇ ਨੂੰ ਜਾਈਏ ਹੁਣ ਸਿੱਧਾ ਓਹੋ ਪਤਾ ਨਹੀਂ ਇਹਦੇ ਕੰਟਰੋਲ ਨਹੀਂ ਜੇ ਚੱਲ ਜਾਂਦਾ ਕੰਮ ਕਰਦੇ ਹੁਣ ਸਿੱਧਾ ਜਾਣਾ ਆਪਾਂ 3 ਵਾਲੇ ਲੈਂਡ 'ਤੇ ਓਹੋ ਗਲਤ ਆਈਲੈਂਡ ਚਲ ਗਏ ਫਿਰ ਗਲਤ ਆਈਲੈਂਡ ਚਲ ਗਏ ਹੁਣ 3 ਆਈਲੈਂਡ ਜਾਣਾ ਹੁਣ ਜਾਣਾ 3 ਆਈਲੈਂਡ ਆਹ ਪਹੁੰਚ ਗਏ 3 ਆਈਲੈਂਡ ਅਤੇ ਇੱਥੇ ਥੋੜ੍ਹੇ ਬਾਈਕ ਕਰਿਆ ਅਤੇ ਮੈਨੂੰ ਪਤਾ ਜੋ ਕਿ ਉਹਨੇ ਹੀ ਗੱਲ ਕੀਤੀ ਸੀਗੀ ਅਤੇ ਉਹਦੇ ਕੁੜੀ ਕਿਡਨੈਪ ਹੋਈ ਕਿਡਨੈਪ ਸੀ ਉਹਦੀ ਗੁੰਮਸ਼ੁਦਾ ਕੁੜੀ ਹੋਈ ਵੀ ਆ ਗੁੰਮਸ਼ੁਦਾ ਉਹਨੂੰ ਲੱਭਣ ਦੀ 2 ਆਈਲੈਂਡ ਉਹ ਕਹਿੰਦਾ ਮੈਨੂੰ ਫਾਇੰਡ ਕਰੋ ਇਹਨੂੰ ਉਹਦਾ ਮੈਂ ਮਿਸ਼ਨ ਜਦੋਂ ਮਰਜ਼ੀ ਕਰ ਸਕਦਾ ਮੈਨੂੰ ਹੁਣੀ ਆ ਗਿਆ ਮੈਂ ਹੁਣੀ ਕਰਤਾ ਅਤੇ ਆਹ ਮੈਂ ਪੜ੍ਹਿਆ ਸੀਗਾ ਅਤੇ ਚਲੋ ਮੈਨੂੰ ਪਤਾ ਫਾਈਟ ਹੀ ਹੋਣੀ ਆ ਲੁੱਕ ਐਟ ਲੜਦਾ ਰੋਲਾ ਆਹ ਹੋ ਗਿਆ ਬਸ ਚਲੋ ਫਾਈਟ ਕਰੀਏ ਯੂ ਚਲੋ ਪਹਿਲੀ ਪਹਿਲੀ ਫਾਈਟ ਕੋਫਿੰਗ ਚੱਲ ਆ ਗਿਆ ਨੋਟ ਵੈਜ ਬੈਟੀ ਵੀ ਕਿੱਦਾਂ ਗਲਾਈਮਰ ਯਾਰ ਗਲਾਈਮਰ ਕਿਹੜੇ ਟਾਈਪ ਦਾ ਹੁੰਦਾ ਯਾਰ ਮੈਨੂੰ ਸ਼ਾਇਦ ਪੋਇਜ਼ਨ ਦੋ ਮੈਨੂੰ ਦੂਜਾ ਪੋਕੀਮੋਨ ਗਾਰਡਨ ਕੋਈ ਜਿੱਦਾਂ ਕਿ ਸਾਡੀ ਲੈਪਰ ਯਾਰ ਬਾਕੀਆਂ ਦਾ ਲੈਵਲ ਅਪ ਕਰਨ ਵਾਲਾ ਹੋਇਆ ਪਿਆ ਲੈਪਰ ਸਿੱਖੀ ਆਪਣੀ ਹਾਂ ਲੱਗਦਾ ਲੈਪਰ ਨੇ ਬਹੁਤ ਜ਼ਿਆਦਾ ਲੈਵਲ ਅਪ ਹੋ ਜਾਣਾ ਵਾ ਹੁਣੀ ਜਿਹਾ ਹੋ ਜਾਣਾ ਸਰ ਸਰ ਨੈਵਰ ਮਿਸ਼ਨ ਐਕੁਰੇਸੀ ਬਹੁਤ ਜ਼ਿਆਦਾ ਇਹਦੀ ਹੈ ਸਰ ਦੀ ਹੋਰ ਕੋਈ ਗੱਲ ਹੀ ਨਹੀਂ ਸੈਕਿੰਡ 2 ਹੋ ਗਏ ਦੂਜਾ ਆ ਗਿਆ ਜੇ ਪਹਿਲੇ ਨੰਬਰ 'ਤੇ ਮੈਨੂੰ ਉਹ ਰੱਖਣੀ ਚਾਹੀਦੀ ਸੀਗੀ ਲੈਪਟਾਪ ਆਪਣੀ ਚਲੋ ਆ ਵੀ ਗਿਆ ਹੁਣ ਤੀਜਾ ਆਉਣ ਦੋ ਤੀਜਾ ਹੱਥ ਵੇਖ ਸੁਖਾਉਣਾ ਉਹਨੂੰ ਮੈਂ ਕੀ ਨਾਂ ਲੈਂਦੇ ਆ ਮੈਨੂੰ ਪਤਾ ਨਹੀਂ ਹੁਣ ਲੱਭਣਾ ਕਿੱਥੋਂ ਆ ਅਰਥ ਵੇਖ ਪਰ ਦੇਖਦਾ ਕੋਈ ਮੇਰਾ ਪੋਕੀਮੋਨ ਅਰਥ ਵੇਖ ਸੁਖਾਉਣਾ ਯਾਰ ਬਹੁਤ ਜ਼ਰੂਰੀ ਆ ਅਤੇ ਅੱਛਾ ਚੌਥੀ ਬੈਟ ਲਗਾਤਾਰ ਚੌਥੀ ਆ ਮੇਰੀ ਇੱਥੇ ਕਿਹੜੇ ਕਿਹੜੇ ਖਰਾਬ ਹੋ ਗਿਆ ਗਿਆ ਮਗ ਪਹਿਲੇ ਟੌਕਸਿਕ ਯੂਜ਼ ਕਰਾਂ ਓ ਕੱਢਾ ਲੈਪਰਸ ਨਹੀਂ ਨਹੀਂ ਐਰਿਕ ਕਰਨਾ ਆਪਾਂ ਪੀਜੀਓਡ ਪੀਓ ਦਾ ਇੱਕ ਲੈਵਲ ਪਿਆ ਵਾ ਪੀਜੀਓ ਟੋ ਸਾਡੇ ਪੀਜੀਓ ਟੋ ਸਟੀਟ ਵਿੰਗ ਮਾਰਦੇ ਆ ਇਹਨਾਂ ਡਿਫੈਂਸ ਵੀ ਤੇਜ਼ ਡਿਫੈਂਸ ਵੀ ਜ਼ਿਆਦਾ ਵੱਧਦਾ ਵਾ ਜਿਹੜੇ ਨਾ ਸਟੀਲ ਵਿੰਗ ਯੂਜ ਕਰਦੇ ਆ ਉਹਨੇ ਸਪੈਸ਼ਲ ਡਿਫੈਂਸ ਨਹੀਂ ਡਿਫੈਂਸ ਵੱਧਦਾ ਵਾ ਸਪੈਸ਼ਲ ਡਿਫੈਂਸ ਨਹੀਂ ਸਪੈਸ਼ਲ ਡਿਫੈਂਸ ਦੇ ਡਿਫੈਂਸ ਫਰਕ ਇਹ ਆ ਪੰਜਾਬੀ ਮੈਂ ਪਹਿਲੀ ਵਾਰ ਕਰਨ ਦਿਆ ਨਾ ਅਤੇ ਕਈ ਜਣ ਪਤਾ ਨਹੀਂ ਹੋਣਾ ਸਪੈਸ਼ਲ ਡਿਫੈਂਸ ਅਤੇ ਸਪੈਸ਼ਲ ਅਟੈਕ ਸਪੈਸ਼ਲ ਅਟੈਕ ਉਹ ਹੁੰਦੇ ਜਿਹੜੇ ਦੂਰੋਂ ਯੂਜ਼ ਕੀਤੇ ਜਾਂਦੇ ਅਤੇ ਇੱਕ ਹੁੰਦੇ ਜਿਹੜੇ ਪਾਵਰ ਜੀ ਛੱਡਦੇ ਆ ਨਾ ਉਹਨਾਂ ਨਾਲ ਸਪੈਸ਼ਲ ਅਟੈਕ ਕਹਿੰਦੇ ਅਤੇ ਇੱਕ ਹੁੰਦੇ ਆ ਅਟੈਕ ਜੋ ਕਿ ਫਿਜ਼ੀਕਲ ਅਟੈਕ ਹੁੰਦੇ ਆ ਫਿਜ਼ੀਕਲ ਅਟੈਕ ਹੁੰਦੇ ਆ ਅਤੇ ਇਸ ਕਰਕੇ ਨਾ ਇੱਕ ਫਿਜ਼ੀਕਲ ਅਟੈਕ ਹੁੰਦੇ ਆ ਅਤੇ ਉਹ ਹੁੰਦੇ ਆ ਜਿੱਦਾਂ ਬੋਡੀ ਸਲੈਮ ਹੋ ਗਿਆ ਜਿਹੜਾ ਜਿੱਦਾਂ ਸੁਣਨ 'ਚ ਹੀ ਲੱਗਦਾ ਕਰਾਟੇ ਕਰੂਟੇ ਵਰਗੇ ਅੰਦਰ ਦੇ ਮੂਵ ਹੈ ਨਾ ਅਤੇ ਉਹ ਮੂਵ ਅਟੈਕ ਹੁੰਦੇ ਆ
ਤੇ ਸਪੈਸ਼ਲ ਅਟੈਕ ਉਹ ਹੁੰਦਾ ਜਿਹੜਾ ਉਹ ਮੈਂ ਜਾ ਪਿੱਛੇ ਜਾ ਕੇ ਆਵਾਂ। ਪਿੱਛੇ ਜਾ ਕੇ ਆਵਾਂ ਮੇਰੇ ਮੈਂ ਪੋਕਮੋਨ ਨਹੀਂ ਦੇਖੇ ਆਪਣੇ ਤੇ ਇਹਨੂੰ ਇੱਥੇ ਪਾੜੋ। ਚਲੋ ਆ ਵੀ ਹੋ ਗਿਆ, ਚਲੋ ਇੱਥੇ ਨਿਕਲੀਏ। ਅਤੇ ਮੈਂ ਉਹ ਕਰਨਾ ਭੁੱਲ ਗਿਆ ਸੀਗਾ, ਕੀ ਨਾਂ ਲੈਂਦੇ ਰਿਵਾਈਵ ਰੂਮ ਮਾਰਨਾ ਭੁੱਲ ਗਿਆ ਸੀਗਾ। ਅਤੇ ਇਸ ਤੋਂ ਬਾਅਦ ਸਿੱਧਾ ਬਸ ਮੈਂ ਚੱਲ ਜਾਣਾ ਉਹਨੂੰ ਉਹਨੂੰ ਹੈਰਾਨ ਕੀ ਨਾਂ ਲੈਂਦੇ ਆ, ਕੀ ਨਾਂ ਲੈਂਦਾ ਸਿੱਧਾ। ਚੱਲ ਇੰਨਾ ਬੈਠ ਕੇ ਕਰ ਲਈਏ, ਪਤਾ ਬੈਠ ਕਰਨੀ ਤਾਂ ਨਹੀਂ ਸੀ, ਡਬਲ ਬੈਠ ਹੋ ਗਈ ਸਿੱਟ ਵੇ। ਉਹ ਦੋਨੋਂ ਫੈਰੀਆਂ ਕਰ ਫੈਰੀਆਂ ਯਾਰ, ਇੱਥੇ ਕੋਈ ਚੱਜਦਾ ਮੂਵ ਨਹੀਂ ਹੈਗਾ ਜਿਹੜਾ ਬੰਦਾ ਸਿਖਾ ਦੇਵੇ। ਕੋਈ ਚੱਜਦਾ ਮੂਵ ਇਹਨੂੰ ਸਿਖਾ, ਗਰਾਊਂਡ 'ਤੇ ਕਿਹੜੇ ਟਾਈਪ ਦਾ, ਮੇਰਾ ਗਰਾਊਂਡ 'ਤੇ ਪੋਇਜ਼ਨ ਟਾਈਪ ਦਾ, ਗਰਾਊਂਡ ਵੀ ਕੋਈ ਮੂਵ ਹੈਗਾ, ਪੋਇਜ਼ਨ ਵੀ ਕੋਈ ਮੂਵ ਹੋ ਗਿਆ, ਨੋਰਮਲ ਮੂਵ ਹੈ ਸਾਰੇ। ਦੇਖਾਂਗਾ ਕੋਈ ਮੂਵ ਮਿਲਦਾ ਤਾਂ ਮੈਂ ਸਿਖਾਉਣਾ ਇਹਨੂੰ ਵੀ। ਅਤੇ ਅੱਗੇ ਵੱਧਦੇ ਕੁਸ਼ਚਨ, ਮੈਂ ਦੇਖਿਆ ਪੁਰਾਣੀ ਪੋਕਿਟ ਐਕਸਰ ਦੇਖਿਆ ਨਾ, ਲੋਕ ਜਦੋਂ ਜਿੱਤਦੇ ਆ ਨਾ ਜ਼ਿਆਦਾਤਰ ਜ਼ਿਆਦਾਤਰ ਪਰਸਨ ਵੀ ਆਪਣੀ ਟੀਮ ਚੜ੍ਹਾਉਂਦੇ, ਪਤਾ ਨਹੀਂ ਕਿਉਂ। ਮੈਂ ਤਾਂ ਨਹੀਂ ਰੱਖਣੀ ਯਾਰ, ਇੰਨਾ ਹੈ ਨਹੀਂ ਮੈਨੂੰ ਪਸੰਦ, ਕਿਉਂਕਿ ਮੈਂ ਤਾਂ ਪਰਸਨ ਸਾਰਾ ਨੋਰਮਲ ਟਾਈਪ ਦਾ ਹੁੰਦਾ, ਨੋਰਮਲ ਤਾਂ ਸਾਈ ਟਾਈਪ ਦਾ ਹੁੰਦਾ। ਹਾਂ ਤਾਂ ਰੱਖਦੇ ਆ। ਅਤੇ ਇਲੀ ਮੇਰਾ, ਚਲ ਇਲੀ ਮੇਰਾ ਆ ਜੂਗਾ। ਏਰੀ ਲੈ ਜੀ, ਸੁਪਰ ਪੈਟੀ ਪਿਆ ਯਾਰ ਮੂਵ ਸਾਰੇ ਇਹਦੇ। ਚਲ ਲੈਵਲ ਅਪ ਹੋ ਜਾਣਾ ਇਹ ਤੋਂ, ਹੈ ਪੋਕੇਮੋਨ ਇੰਨੇ ਥੋੜ੍ਹਾ ਜਿਹਾ ਲੈਵਲ ਅਪ ਹੋਵੇ, ਇੰਨਾ ਥੋੜ੍ਹਾ ਜਿਹਾ ਜ਼ਿਆਦਾ ਮਿਲ ਜਾਵੇ, ਬਸ ਥੋੜ੍ਹਾ ਜਿਹਾ ਹੋਰ ਮਿਲ ਜਾਂਦਾ। ਚੱਲ ਕੋਈ ਨਾ, ਇੰਨੇ ਜੇ ਆਪਾਂ ਚੱਲੀਏ, ਚੱਲ ਇੰਨਾ ਫਾਈਟ ਕਰ ਲਈ ਯਾਰ। ਇੱਥੇ ਸਾਰੇ ਵਾਟਰ ਟਾਈਪ ਬਣੇ ਆ, ਪਹਿਲਾਂ ਮੈਂ ਜੋਡੀਓ ਥੋੜ੍ਹਾ ਜਿਹਾ ਲੈਵਲ ਅਪ ਕਰ ਲਾਂ। ਗੋਲਡੀਓਨ ਵੀ 42 ਦਾ ਕਰ ਸਕਦਾ, ਕਰ ਲੈਂਦਾ ਦੋ ਮਿੰਟ, ਮੈਂ ਲਾਣਾ ਭੁੱਲ ਜਾਂਦਾ। ਠੰਡਾ ਵੇਵ ਯੂਜ ਕਰਾ ਬਬਲ, ਅਤੇ ਠੰਡਾ ਵੇਵ ਵਧੀਆ, ਠੰਡਾ ਚੌਕ ਯਾਰ। ਠੰਡਰ ਮੈਨੂੰ ਨਹੀਂ ਲੱਗਦਾ ਪਿਆ ਯਾਰ, ਪੋਕੇਮੋਨ ਨਹੀਂ ਚੇਂਜ ਕਰੋ, ਵੀਨਸ ਹੋ ਗਿਆ ਸੀ ਆਪਣਾ। ਮੈਂ ਸੱਚ ਇੱਕ ਐਪੀਸੋਡ 'ਤੇ ਕਿਹਾ ਸੀ ਆਪਣਾ ਨਾਂ ਬਦਲਾਂਗੇ, ਉਹ ਹੁਣ ਬਦਲ ਲਾਂਗੇ ਜਦੋਂ ਆਪਣਾ ਆਪਣਾ ਕੰਪਲੀਟ ਜਿਹਾ ਹੋਇਆ। ਆਪਾਂ ਇਸ ਤੋਂ ਬਾਅਦ ਹੁਣ ਨਾਂ ਹੀ ਬਦਲਣ ਜਾਣਾ ਆਪਣਾ, ਠੀਕ ਆ। ਆਪਾਂ ਨਾਂ ਬਦਲ ਕੇ ਆ ਜਾਣਾ ਆਪਣਾ, ਅਤੇ ਉਹਦਾ ਮੁਤਾਬਿਕ ਫਿਰ ਆਪਾਂ ਸਾਈਡ 'ਤੇ ਉਹਨਾਂ ਦੇ ਥੱਲੇ ਨਾਂ ਵੀ ਲਿਖ ਦੂੰਗਾ। ਅਤੇ ਇਸ ਤੋਂ ਬਾਅਦ ਆਪਣੀ ਹਾਰਡ ਗੋਲਡ ਸ਼ੁਰੂ ਹੋ ਜਾਣੀ ਹੈ ਗੇਮ ਨਾ। ਹਾਂ ਇਸ ਤੋਂ ਬਾਅਦ ਹਾਰਡ ਗੋਲਡ ਸੈਕਿੰਡ ਜਨਰੇਸ਼ਨ ਦੀ, ਉਸ ਤੋਂ ਬਾਅਦ ਪਲੈਟਨਮ, ਫਿਰ ਜਾ ਕੇ ਰੈਡ, ਬਲੈਕ ਬਲੈਕ ਐਂਡ ਵਾਈਟ ਸ਼ੁਰੂ ਹੋ ਜਾਣੀ। ਉਹ ਮੋਗੇ ਮੋਗਿਆ, ਫਿਰ ਬਲੈਕ ਐਂਡ ਬਲੂ, ਫਿਰ ਹੋਣੀ ਜੀ, ਫਿਰ ਉਸ ਤੋਂ ਬਾਅਦ ਸ਼ੁਰੂ ਹੋਣੀ ਆ ਅਲੋਲਾ ਦੀ, ਅਤੇ ਉਸ ਤੋਂ ਬਾਅਦ ਸ਼ੁਰੂ ਹੋਣੀ ਆ ਉਸ ਤੋਂ ਬਾਅਦ ਸ਼ੁਰੂ ਹੋਣੀ ਆ ਸ਼ਾਇਦ ਗਲਾਰ ਦੀ। ਹਾਂ ਥੋੜ੍ਹੀਆਂ ਗੇਮਾਂ ਰਹੀਆਂ ਬਸ, ਪਹਿਲੀ ਵੀ ਮੁੱਕ ਗਈ, ਥੋੜ੍ਹੀਆਂ ਬਾਕੀ ਗੇਮਾਂ ਖਾਣੀਆਂ। ਦਾਦਾ ਗੇਮ ਕੀ ਆ, ਇੱਕ ਲੰਬੀਆਂ ਬਹੁਤ ਗੇਮਾਂ ਚੱਲਦੀਆਂ, ਅਤੇ ਇਹਦੀ ਹਜੇ ਬੈਕ ਸਟੋਰੀ ਵੀ ਪੀ ਥੋੜ੍ਹੀ ਜਿਹੀ, ਉਹ ਵੀ ਕੰਪਲੀਟ ਕਰਨੀ ਪੈਣੀ ਆ। ਅਤੇ ਇਹਨੂੰ ਰਾਤਾਂ ਨਿਆਣੀ ਸੀਗੀ, ਅਤੇ ਇੱਥੋਂ ਵੱਟ ਕੇ ਨਿਕਲੋ, ਬਾਅਦ ਮੈਂ ਲੈਵਲ ਅਪ ਕਰ ਲੂੰਗਾ। ਅਤੇ ਦੇ ਵੀ ਗੋ
ਬ੍ਰੈਂਚ ਫੋਰੈਸਟ ਅੱਜ ਕੁਛ ਨਾਂ ਇਹਦਾ, ਅਤੇ ਆਪਾਂ ਇੱਥੋਂ ਨਿਕਲੀਏ। ਕੋਈ ਮੂਵ ਸਿਖਾਉਣ ਲਈ ਮੈਨੂੰ ਦੱਸਣਾ ਕਿੱਥੋਂ ਸਿਖਾਵਾਂ ਇਹ, ਅਤੇ ਆਹ ਮੇਰੀ ਫਸਟ ਗੇਮ ਹੋਣੀ ਜੋ ਕਿ ਇਸ ਚੈਨਲ 'ਤੇ ਕੰਪਲੀਟ ਹੋਊਗੀ, ਅਤੇ ਉਸ ਤੋਂ ਬਾਅਦ ਮੈਨੂੰ ਕੁਛ ਪਤਾ ਨਹੀਂ ਗਾ ਵੀ ਕੀ ਕਰਨਾ। ਅਤੇ ਮੈਨੂੰ ਕੁਛ ਨਹੀਂ ਪਤਾ, ਅਤੇ ਇਸ ਤੋਂ ਬਾਅਦ ਸਰ ਮੈਂ ਕੁਛ ਕਰਾਂਗਾ, ਦੇਖਾਂਗੇ। ਅਤੇ ਮੈਨੂੰ ਪਤਾ ਨਹੀਂ, ਮੈਂ ਉਦੋਂ ਘੁੰਮੀ ਤੇ ਜਾਈ ਜਾਂਦਾ, ਮੈਨੂੰ ਰਾਸਤਾ ਨਹੀਂ ਪਤਾ ਹੈਗਾ। ਹਾਂ ਇੱਧਰ ਹੀ ਸੀ, ਹੁਣ ਪੀ ਪੀ ਪਤਾ ਹੈਗਾ ਮੈਂ ਤਾਂ। ਓ ਸ਼ਿਟ ਬੇ, ਮੈਂ ਉੱਚ ਰੱਖ ਆ ਗਿਆ, ਫਿਰ ਮੈਨੂੰ ਪੋਕੀਮੋਨ ਚੇਂਜ ਕਰ ਲੈਂਦਾ ਆਪਣਾ। ਅੱਗੇ ਰੱਖਾ ਜੇ ਲੈਂਸੀ ਲੈਂਸੀ ਦਾ ਵਟਸਐਪ ਦਾ ਸਰਫਿੰਗ ਆ, ਪਲੀਜ਼ ਹੈਲਪ। ਸੱਚ ਪੋਕੀਮੋਨ ਹੈ ਜੀ ਜੀ ਦਾ ਲੈਂਸੀ ਸੱਚ ਦਾ ਆਈ ਐਮ ਦਾ ਸੱਚ ਟੂ ਮੂਵ, ਬਟ ਆਈ ਵਾਂਟ ਟੂ ਗੋ ਹੋਮ ਮਾਈ ਡੈਡੀ। ਉਹ ਤੇਰੀ ਮੈਂ ਤੁਹਾਨੂੰ ਦੱਸਦਾ ਗੱਲ ਕੀ ਆ, ਅਤੇ ਮੈਂ ਪੜ੍ਹਿਆ ਨਹੀਂ, ਮੈਨੂੰ ਉਦੋਂ ਹੀ ਪਤਾ ਵਾ। ਅਤੇ ਇਹਦਾ ਕਹਿਣ ਦਾ ਮਤਲਬ ਭਾਵ ਇਹ ਹੈ ਕਿ ਇਹਨੂੰ ਇੱਕ ਮਿਸਟੀਰੀਅਸ ਪੋਕੀਮੋਨ ਨੇ ਚੱਕ ਲਿਆ ਵਾ, ਜਿਹੜੇ ਮੂਵ ਨਾਲ ਮੈਂ ਚੱਲਦੀ ਪਈ ਹਾਂ। ਹਿਪਨੋ, ਅਤੇ ਇਹਦੀ ਕਥਾ ਇੱਕ ਆ ਬਹੁਤ ਪੁਰਾਣੀ, ਕਿ ਹਿਪਨੋ ਆਪਣੇ ਮੂਵ ਨਾਲ ਨਾ ਸਿਖਾ ਦਿੰਦੀ ਆ, ਇਹ ਮੂਵ ਨਾਲ ਬੱਚੇ ਕਿਡਨੈਪ ਕਰਦਾ ਹੁੰਦਾ ਸੀਗਾ, ਅਤੇ ਇਹਦੇ ਕਰਕੇ ਹੀ ਆ ਬਸ। ਅਤੇ ਉਹਦੇ ਕਰਕੇ ਨਾ ਫਿਰ ਰਾਮ ਕਥਾ ਕੀ ਸੁਣਾਉਣਾ, ਮੈਨੂੰ ਆਪ ਨੂੰ ਸੁਣਾਉਣੀ ਪਤਾ ਨਹੀਂ ਆਉਂਦੀ ਕਿ ਨਹੀਂ। ਚਲ 12 ਮਿੰਟ ਦੀ ਹੋਈ ਆ, ਚਲੋ ਆ ਜਾਇਆ ਕਿ ਪਹਿਲਾਂ ਨਾ ਚੇਂਜ ਕਰ ਲਈਏ, ਪਹਿਲਾਂ ਆਪਾਂ ਜਾਈ ਬਣਨਾ ਲੈਣ 'ਚ, ਅਤੇ ਬਿੱਲ ਤੋਂ ਜਾਈ ਬਿੱਲਣੇ ਬਹੁਤ ਜਬ ਜਿਹਾ ਪਾ ਦੇਣਾ ਆਪਾਂ ਨੂੰ। ਅਤੇ ਪਹਿਲਾਂ ਪ੍ਰੋਬਲਮ ਪੋਕੀਮੋਨ ਦੀ ਹਾਲਤ ਸਹੀ ਕਰੀਏ, ਫਿਰ ਚੱਲਦੇ ਹਾਂ। ਫਿਰ ਜਾਣਾ ਆਪਾਂ ਨਾਮ ਸਹੀ ਕਰਾਉਣ, ਕਿਹੜੇ ਆਈਲੈਂਡ ਕਿਹੜੇ ਕਿਹੜੀ ਥਾਂ 'ਤੇ ਹੁੰਦਾ ਬਿੱਲੋ, ਵਟ ਕੀਪ ਦਾ ਲੋਂਗੈਸਟ ਬਟ ਵੀ ਬਟ ਵੀ ਹੈਵ ਟੂ ਗੋ ਗੁੱਡ ਟਾਈਮ ਵੀ ਗੋਟ ਆਈਡੀਆ ਦਾ ਦੇ ਪੀ ਸੀ ਆਰ ਅਪ ਦਾ ਰਨਿੰਗ ਦਾ ਸਿਲਰ ਦਾ ਜੋਬ ਦਾ ਇੰਟਰਕੁਇਟ ਦਾ ਬਿੱਲ ਫਿਲੀਅਰ ਦਾ ਅਮੇਜ਼ਿੰਗ ਗਾਏ ਨੋ ਦੇ ਆਰ ਆਦਮ ਇੱਕ ਦੂਜੇ ਨੂੰ ਫੁੱਲੀ ਮਾਣ ਬਾਤ ਕਰੋ। ਚਲੋ ਇੱਕ ਦੂਜੇ ਨੂੰ ਫੁੱਲੀ ਪਾਈ ਜਾਂਦੇ, ਚਲੋ ਆਪਾਂ ਚੱਲੀਏ ਹੁਣ ਘਰ ਨੂੰ। ਥੈਂਕ ਯੂ, ਤੈਨੂੰ ਤੇਰਾ ਧੰਨਵਾਦ ਕਰਦਾ ਵਾਂ। ਚਲੋ ਇੱਥੇ ਉੱਡੀਏ, ਦੇਖੋ ਸਾਰਾ ਬਣ ਚੁੱਕਿਆ, ਬਸ ਆ ਇੱਕ ਵਿਕਟਰੀ ਰੋਡ ਰਹਿ ਗਿਆ, ਨਹੀਂ ਤਾਂ ਅੱਜ ਫਿਰ ਕਰ ਹੀ ਦਈਏ ਨਾ, ਅੱਜ ਫਿਰ ਜੱਫ ਮੁਕਾਈ ਦਈਏ। ਮੈਂ ਕਹਿੰਦਾ ਅੱਜ ਫਾਈਨਲ ਜਿੰਮ ਬੈਟਲ ਵੀ ਕਰ ਜਾਈਏ, ਥੋੜ੍ਹਾ ਲੰਬਾ ਐਪਿਸੋਡ ਕਰਕੇ, ਰੱਬ ਕਰਕੇ ਮੇਰਾ ਫਿਰ ਨਾ ਕੋਈ ਕਾਰਾ ਆ ਜਾਵੇ, ਅਤੇ ਇਸ ਕਰਕੇ ਮੈਂ ਚੱਲ ਜਾਣਾ। ਪਹਿਲਾਂ ਆਹ ਜਿਹੜੀ ਪੋਕੀਬੋਲ ਹੈ ਨਾ, ਇਹਨੂੰ ਚੱਕ ਲਾਂ, ਪੋਕੀਬੋਲਾਂ ਬਹੁਤ ਛੱਡੀਆਂ ਵਾ ਮੈਂ, ਹੌਲੀ ਹੌਲੀ ਫੜ ਲੈਣੀਆਂ ਸਾਰੀਆਂ, ਅਤੇ ਸਾਰੇ ਪੈਸੇ ਪੋਸ਼ਨ ਮਿਲਿਆ, ਪੋਸ਼ਨ ਪਾ ਵੀ ਪੋਸ਼ਨ ਪਾ, ਨਾਲੇ ਵੀ ਪਹਿਲਾਂ ਬੁੱਢਾ ਜਿਹਾ ਸਾਈਡ 'ਤੇ ਹਟ ਗਿਆ ਸੀਗਾ ਤਾਂ। 2 ਮਿੰਟ ਮੈਨੂੰ ਆਪਣੀ ਸਪੇਸ ਦਾ ਦੇਖਣਾ ਪੈਣਾ ਕੁਛ, 2 ਮਿੰਟ ਕਿਉਂ। ਓ ਸ਼ਿਟ ਬੇ, ਓ ਸ਼ਿਟ ਬੇ, ਮੈਂ ਸੇਵ ਨਹੀਂ ਕੀਤੀ ਅਤੇ ਉਹ ਦੁਬਾਰਾ ਤੋਂ ਗੇਮ ਸ਼ੁਰੂ ਹੋ ਗਈ ਆ। ਚਲੋ ਕੋਈ ਨਾ, ਮੈਂ ਦੁਬਾਰਾ ਤੋਂ ਖੇਡ ਲਾਂਗਾ, ਕੋਈ ਚੱਕਰ ਨਹੀਂ, ਮੈਂ ਅੱਜ ਕੰਪਲੀਟ ਕਰਕੇ ਨਾ ਫਿਰ ਮੈਂ ਸ਼ੁਰੂ ਕਰਕੇ। ਓਕੇ, ਅਤੇ ਮੈਂ ਉਹਨਾਂ ਨੂੰ ਬੁਲਾ ਕੇ ਆ ਚੁੱਕਿਆ, ਅਤੇ ਮੈਂ ਇੱਥੇ ਜਿੱਦਾਂ ਤੁਹਾਨੂੰ ਕਿਹਾ ਸੀ ਆਪਾਂ ਨਾਂ ਬਦਲਣਾ ਆਉਣਾ ਵਾ,
ਤੇ ਇੱਥੇ ਨਾ ਬਦਲ ਹੁੰਦੇ ਆ ਜੇ ਘਰ 'ਚ ਲਿਵੈਂਡਰ ਸਿਟੀ ਦੇ ਆਪਣੇ ਘਰ 'ਚ ਤੇ ਆਪਾਂ ਇੱਥੇ ਪਹਿਲਾਂ ਨਾ ਬਦਲੀਏ ਆਪਣੇ ਪਹਿਲੋਂ ਇਹ ਵੀਨਸ ਉਹਦਾ ਇਹਦਾ ਰੱਖਣਾ ਵਾ ਆਪਾਂ ਮੇਲ ਆ ਅਤੇ ਇਹਦਾ ਨਾਂ ਰੱਖਣਾ ਵਾ ਰਿਕਟਰ RI RI ਠੀਕ ਇੱਥੇ ਗਿਆ ਰਿਕ RI ਕੇ ਰਿਕ ਹਦਾ ਰਿਕ ਰਿਕਟਰ ਰਿਕਟਰ ਅਤੇ ਹੋਰ ਕਹਿੰਦਾ ਰਿਕਟਰ ਦੂਜਾ ਆਪਾਂ ਨੀਡੋ ਨੀਡੋ ਕਿੰਗ ਹੈ ਇਹਦਾ ਨਾਂ ਕਿੰਗ ਹੀ ਰੱਖ ਦੇਣਾ ਆਪਾਂ ਕੇ ਕਿੰਗ ਦਾ ਸਪੈਲਿੰਗ ਕੀ ਸੀਗਾ KING ਮੈਨੂੰ ਦੇਖੋ ਕਿੰਨਾ ਲੈ ਕੇ ਹੋ ਗਿਆ ਜੀ ਜੀ ਕਿੱਥੇ ਗਿਆ ਉਰੇ ਕਿੰਗ ਅਤੇ ਇੱਕ ਇੱਕ ਦਾ ਹੋਰ ਨਾ ਆਪਣਾ ਪੀਓਡ ਦਾ ਬ੍ਰੈਂਡਨ ਨਹੀਂ ਰੱਖਣਾ ਹੋਰ ਕਿਹੜਾ 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 ਕੋਲਡ ਕੋਡ CORD ਸੀ ਓ ਆਰ ਡੀ ਕੋਡ ਕੋਡ ਅਤੇ ਬਸ ਇੱਕ ਦੋ ਤਿੰਨ ਹੋਰ ਪੋਕਮੋਨ ਦੇ ਰਹਿ ਗਏ ਨਾ ਅਤੇ ਉਹ ਰੱਖਣਾ ਜੋੜੀ ਹੁੰਦਾ ਟੈਸਟ ਲੱਗ ਚੱਲ ਲਿਖਦਾ TESAL ਓਹੋ ਗਲਤ ਲਿਖਦਾ ਬਿਜਲੀ ਨੂੰ ਕਿੰਨੇ ਵਿੱਚ ਮਾਪੀ ਦਾ ਵਾ ਕਿਲੋ ਜੂਲਸ ਜੂਲਸ ਰੱਖਣਾ ਜੂਲਸ ਜੇ ਜੀ ਜੂ LES ਜੂਲ ਈ ਐਸ ਜੂਲਸ 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 ਹੈ ਸਾਰੇ ਬਾਹਰਲੇ ਨਾਂ ਦੇ ਹੱਥ ਤੇ ਆ ਨੌਨ ਲੈਕਸ ਹੋਊਗਾ ਆਪਣਾ ਮੋਟਾ ਮੋਟਾ ਸਿੰਪਲ ਮੋਟਾ ਕਿਉਂਕਿ ਮੈਨੂੰ ਇਹਦਾ ਨਾਂ ਸਿਰ ਮੋਟਾ ਰੱਖਣ ਦਾ ਇੱਛਾ ਸੀਗਾ ਮੋਟਾ ਅਤੇ ਇੱਕ ਹੈਗੀ ਆਪਣੀ ਲੈਪਰਸ ਲੈਪਰਸ ਵੀ ਮੇ ਉਹ ਆਪਣੀ ਸਾਰੀ ਟੀਮ ਮਿਲਦੀ ਆ ਲੈਪਰਸ ਦਾ ਜਿਹੜਾ ਨਾਮ ਮੈਨੂੰ ਵਧੀਆ ਲੱਗਦਾ ਲੈਪਰਸ ਹੀ ਰਹਿਣ ਦਿਓ ਅਤੇ ਲੈਪਰਸ ਦਾ ਨਾਮ ਮੈਨੂੰ ਵਧੀਆ ਲੱਗਦਾ ਵਾ ਅਤੇ ਹੁਣ ਉੱਧਰ ਚੇਂਜ ਹੋ ਗਏ ਹੋਣੇ ਆਪਣੇ ਨਾਲ ਸਾਰੇ ਤੁਹਾਨੂੰ ਵੀ ਦੇਖ ਗਿਆ ਹੁਣ ਕੀ ਕਿੱਥੇ ਕਿੱਦਾਂ ਰੱਖੇ ਆ ਅਤੇ ਆਪਾਂ ਪਹਿਲਾਂ ਬੁਲਾਈਏ ਆਪਣੇ ਕੋਡ ਨੂੰ ਕੋਡ ਨਾਲ ਉੜ ਕੇ ਆਪਾਂ ਚਲੀਏ ਕਿਹੜੇ ਸਿਟੀ 'ਚ ਜਾਣਾ ਸੀਗਾ ਵਿਨੇਡਰ ਸਿਟੀ 'ਚ ਵਿਨੀਡ ਵੈਨੀਡੀਆ ਸਿਟੀ ਅਤੇ ਇੱਥੇ ਜਾ ਇੱਥੇ ਸਿੱਧਾ ਜਾਣਾ ਆਪਾਂ ਡੋਨ ਮੈਨੂੰ ਆਪਣਾ ਪੋਕਮੋਨ ਅੱਗੇ ਪਿੱਛੇ ਕਰ ਲੈਂਦੋ ਅਤੇ ਪਹਿਲਾਂ ਮੈਨੂੰ ਲੈਪਰਸ ਅੱਗੇ ਕਰ ਲੈਂਦੋ ਲੈਪਰਸ ਇੱਥੇ ਕਰੋ
ਤੇ ਵੜ ਜਾਈਏ ਜਿਮ ਚ। ਲਾਦਾ ਐਪੀਸੋਡ ਥੋੜਾ ਜਿਹਾ ਲੰਬਾ ਹੋ ਗਿਆ, ਕੋਈ ਨਾ। ਤੇ ਆ ਪਜ਼ਲ ਜੀ ਹੈਗੀ ਆ, ਓਹੋ ਓਹੋ ਇਹਨਾਂ ਲਾ ਲਈ ਮਾਚਿਆ। ਰੇਂਜ ਹੋ ਗਿਆ ਗਿਆ, ਫਾਈਟਿੰਗ ਟਾਈਪ ਆ, ਫਾਈਟਿੰਗ ਟਾਈਪ ਦੇ ਖਿਲਾਫ ਕਿਹੜਾ ਹੁੰਦਾ ਭਈਆ? ਮੈਂ ਆਪਣਾ ਹਾਈ ਕਰ ਲਾ। ਬੀਮ ਚਲਾ ਆ ਗਿਆ, ਆਪਾਂ ਸਾਰਿਆਂ ਨੂੰ ਟਰਾਈ ਕਰਨਾ ਵਾ ਕਿਹੜਾ ਕਿਹੜਾ ਜ਼ਿਆਦਾ ਵਧੀਆ ਵਾ। ਤੈਨੂੰ ਗੱਲ ਲਿਆ ਵਾ ਤੇ ਪਹਿਲਾਂ ਜਿਹੜਾ ਰੇਜ਼ਰ ਡੀਪ ਯੂਜ ਕਰਾਂਗੇ। ਚੱਲ ਆਪਾਂ ਰਿਕਟਰ ਰੱਖਿਆ ਹੋਏਗਾ ਅੱਗੇ, ਬਦਲਾ ਬਹੁਤ ਘੜੀ ਲਾ ਦੀ ਮੈਨੂੰ। ਮੁੜ ਜਾ, ਚੱਲ ਇੰਨਾ ਲੜੀਏ ਯਾਰ। ਕਿਉਂ ਫੋਨ ਸਰ ਚੱਲ ਗਿਆ? ਕਿਹੜਾ ਮੂਵ ਆ ਨਹੀਂ ਵਧੀਆ ਜੀ। ਹਾਂ ਦੇਖਿਆ ਨੀ ਕੀ ਕੀ ਕਹਿੰਦਾ ਰਿਕਟਰ ਗੱਲ ਦੇ ਬਾਅਦ ਰਾਹੀਂ ਹੋਣੀ ਸੀ। ਚੱਲ ਮੈਂ ਰਵੈਕ ਖਾਣ ਲੱਗਾ, ਮੈਂ ਰਵੈਕ ਤੇ ਜੇ ਇਹਨੂੰ ਹੀ ਰਹਿਣ ਦਿਓ। ਮੈਂ ਦੇਖਿਆ ਨਹੀਂ ਹੁਣ ਕਿੰਨਾ ਲਿਆਵਾਂ। ਚੱਲ ਜਾ ਸਹੀ ਆ ਨੀਡਰ ਹਨ ਤੇ ਇਹਨੂੰ ਰੱਖ ਕੇ ਤੇ ਮੈਨੂੰ ਪਤਾ ਨਹੀਂ ਆਵਾਜ਼ ਮੇਰੀ ਕਿੱਦਾਂ ਦੀ ਰਿਕਾਰਡ ਹੁੰਦੀ ਵੀ ਮੈਂ ਕਰਦੀ ਨਾ ਕੀ ਨਾਂ ਦਿੰਦੇ ਆ ਅਦਾ ਰਿਕਾਰਡ ਕਰਦਾ ਵੀ ਮੇਰੀ ਥੋੜ੍ਹੀ ਆਵਾਜ਼ ਨਾ ਮੈਂ ਲਾਇਆ ਹਿਸਾਬ ਇਹ ਤੋਂ ਹਾਈ ਪ੍ਰਪੋਰਸ਼ਨ ਕੀ ਕਰਦਾ ਅਤੇ ਇਹਨੂੰ ਹਰਾ ਦੀ ਜਿਹੜਾ। ਚਲੋ ਮੈਂ ਹਰਾ ਕੇ ਮਿਲਦਾ, ਮੈਂ ਕੱਲ੍ਹ ਟਾਈਮ ਵੇਸਟ ਕਰਨ ਦੇ ਮੈਂ ਹਰਾ ਕੇ ਮਿਲਦਾ ਵਾਂ। ਚਲੋ ਮੇਰੇ ਇਹਨੇ ਹਰਾਤਾ ਵਾ ਸਾਰਿਆਂ ਨੂੰ ਅਤੇ ਪਹਿਲੇ ਇੱਥੇ ਨਿਕਲੀਏ ਆ ਰਹੇ ਇੱਥੇ ਹੀ ਆ। ਚੱਲ ਆਪਾਂ ਬਾਕੀ ਸਾਰਿਆਂ ਨੂੰ ਹਰਾ ਦਾਂਗੇ ਅਤੇ ਅੱਜ ਆਪਾਂ ਥੋੜ੍ਹਾ ਜਿਹਾ ਛੇਤੀ ਕੰਮ ਕਰ ਲੈਣਾ ਅਤੇ ਇੱਥੋਂ ਪਹਿਲਾਂ ਮੈਂ ਜਾ ਕੇ ਨਾ ਦਾ ਪੋਕੇਮੋਨ ਠੀਕ ਕਰਕੇ ਠੀਕ ਕਰਾ ਕੇ ਆਇਆ ਅਤੇ ਬਸ ਅੱਜ ਦਾ ਐਪੀਸੋਡ ਇੰਨਾ ਹੀ ਕਰਨਾ ਸੀ। ਉਸ ਤੋਂ ਬਾਅਦ ਵਿਕਟਰੀ ਰੋਡ ਸ਼ੁਰੂ ਹੋ ਜਾਣਾ ਵਾ, ਵਿਕਟਰੀ ਰੋਡ ਸ਼ੁਰੂ ਹੋ ਕੇ ਬਾਜੋ ਖਤਮ ਵੀ ਕਰ ਦੇਣਾ ਅਤੇ ਉਸ ਤੋਂ ਬਾਅਦ ਆਪਾਂ ਬਾਜੋ ਲਾਈਟ ਫੋਲ ਨੂੰ ਹਰਾਉਣੀ, ਲਾਈਟ ਫੋਲ ਦੀ ਆਪਾਂ ਟ੍ਰੇਨਿੰਗ ਕਰਨੀ, ਉਹ ਲਈ ਮੈਂ ਥੋੜ੍ਹਾ ਜਿਹਾ ਟਾਈਮ ਲਊਂਗਾ ਅਤੇ ਆਹ ਵੀ ਐਪੀਸੋਡ ਲੇਟ ਆਊਗਾ ਕਿਉਂਕਿ ਮੈਂ ਤਾਂ ਹਜੇ ਇੰਟਰਨੈਟ ਮੁੱਕ ਚੁੱਕਿਆ, ਮੇਰਾ ਮੋਬਾਈਲ ਡਾਟਾ ਪੈਗਾ ਅਤੇ ਇਸ ਕਰਕੇ ਥੋੜ੍ਹਾ ਜਿਹਾ ਲੇਟ ਆਊਗਾ ਐਪੀਸੋਡ। ਕੋਈ ਟੈਨਸ਼ਨ ਨਾ ਲਿਓ, ਜਿੱਦਣ ਵੀ ਆਊਗਾ ਉਸ ਤੋਂ ਬਾਅਦ ਲਗਾਤਾਰ ਹੀ ਐਪੀਸੋਡ ਆਉਣੇ ਆ, ਉਹ ਟੈਨਸ਼ਨ ਨਾ ਲਿਓ ਕਿਉਂਕਿ ਮੈਂ ਹੁਣ ਇਹਨਾਂ ਦੀ ਕੋਲ ਜਾ ਕੇ ਸਾਰੀ ਟ੍ਰੇਨਿੰਗ ਕਰਨੀ ਨਾ ਆਪਣੇ ਪੋਕੇਮੋਨ ਦੀ, ਟੈਨਸ਼ਨ ਨਾ ਲਓ। ਅਤੇ ਆਹ ਆਪਣਾ ਆ ਗਿਆ ਆਖਰੀ ਜਿਮ ਬੈਟਲ, ਓਕੇ ਅਤੇ ਦੋ ਕੰਮ ਕਰ ਲਿਆ ਅੱਜ ਇੱਕ ਐਪੀਸੋਡ ਦੇ ਵਿੱਚ ਅਤੇ ਥੋੜ੍ਹਾ ਜਿਹਾ ਲੰਬਾ ਚੱਲ ਕੋਈ ਨਾ ਅਤੇ ਲਾਸਟ ਜਿਮ ਬੈਟਲ। ਓ ਮਾਈ ਗਾਡ ਜੀਓਵਾਨੀ ਯਾਕ ਗੋਲ ਐਪਰਸ ਆਈਸ ਬੀਮ ਫਸਟ ਪੋਕੇਮੋਨ ਡਾਊਨ। ਨੋ 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 ਨੀਡ ਓ ਫੱਕ ਵੇ 50 ਲੈਵਲ ਦਾ ਸੀ ਇਹ ਤੋਂ
ਉਹ ਮੈਂ ਫਿਰ ਨਹੀਂ ਦੇਖੇ ਯਾਰ ਕਿਹੜਾ ਪੋਕੀਮੋਨ ਲਿਆਂਦਾ ਨੀਡੋ ਕੁਈਨ 44 ਲੈਵਲ ਦੀ ਆ ਸੁਪਰ ਇਫੈਕਟਿਵ ਸੀਗੇ ਅਰਥਕਵੇਕ ਯਾਰ ਮੇਰੇ ਨੀਡੋ ਰਨ ਨੇ ਨੀਡੋ ਕਿੰਗ ਨੇ ਨਹੀਂ ਸਿੱਖਿਆ ਕਿੰਗ ਨੇ ਸੱਚੇ ਮੇਰੇ ਨੇ ਰਹਿੰਦੇ ਨੀਡੋ ਕਿੰਗ ਆਉਣ ਲੱਗਾ ਹੁੰਦਾ ਇਹਦਾ ਯਾਰ ਇਹ ਨੀਡੋ ਕਿੰਗ ਨੇ ਵੀ ਸਿੱਖਿਆ ਯਾਰ ਬਸ ਮੇਰਾ ਨੀਡੋ ਕਿੰਗ ਹੀ ਨਹੀਂ ਗਿਆ ਜਿਹਨੇ ਸਿੱਖਿਆ ਨਹੀਂ ਗਾ ਹਾਈਪਰ ਪੋਸ਼ਨ ਮਾਰਿਆ ਇਹਦਾ ਰਾਇਮਨ ਸਭ ਤੋਂ ਜ਼ਿਆਦਾ ਪਾਵਰਫੁਲ ਪੋਕੀਮੋਨ ਸੀ ਉਹਨੂੰ ਲੱਗਦਾ 50 ਲੈਵਲ ਦਾ ਸੀ 50 ਤੋਂ ਵੱਧ ਸੀਗਾ ਅਤੇ ਹੁਣ ਇਹਦਾ ਫਾਈਨਲੀ ਮੈਂ ਆਪਣਾ ਕਰਨ ਲੱਗਾ ਵਾਂ ਰਿਕਟਰ ਰਿਕਟਰ ਬਸ ਦੇਖ ਲੈ ਚੱਲ ਗਰਾਊਂਡ ਵਾਸਤੇ ਵਾਰਸ ਕੋਈ ਕਿ ਇਹਦਾ ਬਹੁਤ ਖਤਰਨਾਕ ਹੁੰਦਾ ਵਾ ਮੈਂ ਮੈਨੂੰ ਅਤੇ ਚੱਕ ਅਤੇ ਫਾਈਨਲ ਪੋਕੀਮੋਨ ਡਾਊਨ ਕਰਤਾ ਅਤੇ ਆਪਣੇ ਤੋਂ ਆ ਕੇ ਲਾਸਟ ਜਿਮ ਬੈਜ ਇਹਨੂੰ ਹਰਾ ਕੇ ਅਤੇ ਇਹਦਾ ਮੀਨ ਕਿ ਆਪਾਂ ਹੁਣ ਆਰਾਮ ਨਾਲ ਜਾ ਸਕਦੇ ਹਾਂ ਆਰਾਮ ਨਾਲ ਜਾ ਸਕਦੇ ਹਾਂ ਅਤੇ ਆ ਮੈਂ ਪੂਰਾ ਟ੍ਰੇਨ ਕਰ ਲੈਣਾ ਇੰਨਾ ਇੱਥੋਂ ਹੀ ਟ੍ਰੇਨ ਕਰਦਾ ਵਾਂ ਅਤੇ ਬਸ ਮੇਰਾ ਅੱਜ ਐਪੀਸੋਡ ਵੀ ਇੱਥੇ ਮੌਕਦਾ ਹੋਇਆ ਅਤੇ ਮੇਰੇ ਤੋਂ ਹੁਣ ਸਾਰੇ ਬੈਚ ਆ ਚੁੱਕੇ ਆ ਇਟ ਮੀਨ ਕੂਲ ਅਤੇ ਆਪਾਂ ਅਤੇ ਕਰਾਤੀ ਐਂਡ ਕਰਾਤੀ ਐਂਡ ਹੁਣ ਆਪਾਂ ਸਿੱਧਾ ਜਾਣਾ ਵਿਕਟਰੀ ਰੋਡ ਵੱਲ ਵਿਕਟਰੀ ਰੋਡ 'ਤੇ ਜਾਣ ਤੋਂ ਪਹਿਲਾਂ ਮੈਂ ਟ੍ਰੇਨਿੰਗ ਕਰੂੰਗਾ ਥੋੜ੍ਹੀ ਜਿਹੀ ਅਤੇ ਉਹ ਟ੍ਰੇਨਿੰਗ ਕਰਕੇ ਮੈਂ ਜਾਣਾ ਸਿੱਧਾ ਲਾਈਟ ਪੋਲ ਨੂੰ ਹਰਾਉਣ ਅਤੇ ਉਸ ਤੋਂ ਬਾਅਦ ਆਪਾਂ ਬਣਨਾ ਚੈਂਪੀਅਨ ਚੈਂਪੀਅਨ ਬਣ ਕੇ ਅਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰ ਦੇਣਾ ਵਿਕਟਰੀ ਰੋਡ ਡਿਸੇ ਸ਼ੁਰੂ ਹੋਏ ਉਹ ਹਾਂ ਕੀ ਹੋ ਗਿਆ ਪਹਿਲਾਂ ਇੱਥੇ ਕਹਿੰਦਾ ਸੇਵ ਬਾਅਦ ਪਤਾ ਲੱਗਿਆ ਮੈਂ ਸੇਵ ਕਰਨਾ ਭੁੱਲ ਗਿਆ 19 ਘੰਟੇ ਆਲਮੋਸਟ ਹੋ ਚੁੱਕੇ ਅਤੇ ਹੁਣ ਸ਼ੁਰੂ ਹੋ ਜਾਂਦੀ ਇੱਧਰਲੇ ਪਾਸੇ ਵਿਕਟਰੀ ਰੋਡ ਆਹ ਵਾ ਵਿਕਟਰੀ ਰੋਡ Route 22 ਅਤੇ ਇਸ ਤੋਂ ਬਾਅਦ ਆ ਵਿਕਟਰੀ ਰੋਡ ਆ ਸਾਰਾ ਵਿਕਟਰੀ ਰੋਡ ਆ ਇਹਨੂੰ ਵਿਕਟਰੀ ਰੋਡ ਕਹਿੰਦੇ ਆ ਵਿਕਟਰੀ ਰੋਡ ਨੂੰ ਕੰਪਲੀਟ ਕਰਕੇ ਦਿਖਾਉਂਦਾ ਤੁਹਾਨੂੰ ਓ ਸ਼ਿਟ ਵੇ ਮੈਂ ਰਕੇਸ਼ ਵਾਲ ਕਰ ਤੋਂ ਗਿਆ ਵਟ ਅਮਨ ਵੀ ਵਾਂਟ ਟੂ ਸੀ ਯੂ ਹੇਅਰ ਸੋ ਆਰ ਆਰ ਦਾ ਗੋਇੰਗ ਟੂ ਦਾ ਪੋਕੀਮੋਨ ਲੀਗ ਸੋ ਕੁੱਡ ਦਾ ਬੈਚ ਟੂ ਹੈਵ ਦਾ ਕੂਲ ਦੈਟ ਇਜ਼ ਕੂਲ ਦੈਨ ਆਈ ਵਿਲ ਵਿਸ਼ ਯੂ ਅਮਨਵੀਰ ਐਜ ਐਜ ਵਾਰਮ ਅਪ ਫਰਮ ਦਾ ਪੋਕੀਮੋਨ ਲੀਗ ਕਮ ਔਨ ਯਾਰ ਮੈਂ ਕੀ ਕਰੀ ਜਾਂਦਾ ਅੱਜ ਐਪੀਸੋਡ ਇੰਨਾ ਲੰਬਾ ਕਰਤਾ ਨਾ ਓਹੋ ਪਹਿਲਾਂ ਪੋਕੀਮੋਨ ਆ ਅਤੇ ਮੇਰਾ ਰੈਪਰ ਸੀਗੀ ਸ਼ੁਕਰ ਸਾਹਮਣੇ ਮੇਰੀ ਲੈਪਰ ਸੀਗੀ ਨਹੀਂ ਤਾਂ ਮੇਰੀ ਪੇਜ ਨਹੀਂ ਸੀ ਲੰਬ ਸ਼ੁਕਰ ਮੈਂ ਪੋਕੀਮੋਨ ਸੈਂਟਰ 'ਚ ਜਾ ਕੇ ਆਇਆ ਸੀਗਾ ਨਹੀਂ ਤਾਂ ਮੇਰੇ ਪੋਕੀਮੋਨ ਦੀ ਹਾਲਤ ਬੇਹਾਲ ਹੋਈ ਹੋਣੀ ਸੀਗੀ ਅਤੇ ਇਹਨੂੰ ਹਰਾਤਾ ਵਾ ਅਤੇ ਲੈਪਰਸ ਡਾਊਨ ਕਰ ਲੈਪਰਸ ਨੇ ਕਰਤਾ ਡਾਊਨ ਉਹਦਾ ਰਾਏ ਹੋਣੇ ਤੋਂ ਫਿਰ ਇੰਨੇ ਹੀ ਰਹਿੰਦਾ ਰਾਏ ਹੋਣੇ ਇੰਨੇ ਕਿਹੜਾ ਫੜਿਆ ਯਾਰ ਆਹ ਗੱਲ ਮਾੜੀ ਆ ਜੇ ਰਾਏ ਹੁਣ ਇਹਨੂੰ ਫੜਨਾ ਨਹੀਂ ਚਾਹੀਦਾ ਸੀ ਯਾਰ ਮੈਨੂੰ ਪਤਾ ਨਹੀਂ ਲੱਗਿਆ ਰਾਏ ਉਹ ਮੈਂ ਹੁਣ ਦੇਖਿਆ ਨਹੀਂ ਕਿਹੜਾ ਪੋਕੀਮੋਨ ਆਉਣ ਲੱਗਿਆ ਇਹਦਾ ਚਟੀਡੋਰ ਅਤੇ ਇਹਨੂੰ ਵੀ ਆਈਸ ਕ੍ਰੀਮ ਨਾਲ ਹੀ ਹਰਾ ਦੇਣਾ ਆਈਸ ਕ੍ਰੀਮ ਨਾਲ ਹਰਾ ਤਾ ਅਤੇ ਅੱਗੇ ਕਿਹੜਾ ਪੋਕੀਮੋਨ ਆਉਣਾ ਅਲੈਕਜ਼ੈਮ ਅਲੈਕਜ਼ੈਮ ਨੂੰ ਮੈਨੂੰ ਅਲੈਕਜ਼ੈਮ ਯਾਰ ਇਹਦਾ ਮੇਰੇ ਪ੍ਰੀਤ ਦੇ ਖਿਲਾਫ਼ ਮੇਰਾ ਪੋਕੀਮੋਨ ਇੱਦਾਂ ਕੋਈ ਨਹੀਂ ਗਾ ਜਿਹੜਾ ਜਿਹੜਾ ਮੈਂ ਇਹਦੇ ਖਿਲਾਫ਼ ਯੂਜ਼ ਕਰ ਪਾਵਾਂ ਯਾਰ ਹੈ ਨਹੀਂ ਗਾ ਸੱਚੀ ਮੈਨੂੰ ਨਹੀਂ ਲੱਗਦਾ ਮੇਰੇ ਤੋਂ ਕੋਈ ਹੋਣਾ ਵੀ ਇਹ ਸਭ ਤੋਂ ਜ਼ਿਆਦਾ ਮੇਰਾ ਔਖਾ ਬੈਟਲ ਇਹਦੇ ਖਿਲਾਫ਼ ਹੀ ਜਾਣਾ ਕਿਉਂਕਿ ਨਾ ਅਲੈਕਜ਼ੈਮ ਹੈਗਾ ਸਾਈਕਲ ਟਾਈਪ ਦੇ ਖਿਲਾਫ਼ ਡਾਰਕ ਟਾਈਪ ਜਾਂ ਗੋਸਟ ਟਾਈਪ ਹੁੰਦਾ ਵਾ ਅਤੇ ਮੇਰੇ ਤੋਂ ਦੋਨੇ ਨਹੀਂ ਪੋਕੀਮੋਨ ਹੈਗੇ ਅਤੇ ਇਹ ਤੋਂ ਬਾਅਦ ਕਿਹੜਾ ਆਉਣਾ ਪੋਕੀਮੋਨ ਇਹਦਾ ਗੈਰਾਡੋਸ ਆਉਣ ਲੱਗਾ ਗੈਰਾਡੋ ਓਹੋ ਚੇਂਜ ਕਰਨਾ ਸੀਗਾ ਚੇਂਜ ਕਰਨਾ ਸੀਗਾ ਮੈਂ ਤਾਂ ਦਿਖਾਉਣ ਲਈ ਆਇਆ ਸੀਗਾ ਹੋਰ ਰੇਨ ਮੂਵ 'ਚ ਮੇਰੇ ਥੰਡਰ ਵੀ ਜ਼ਿਆਦਾ ਖਤਰਨਾਕ ਹੋ ਜਾਣਾ ਵਾ ਅਤੇ ਗਿਆ ਇਹਦਾ ਗੈਰਾਡੋਸ ਗਿਆ ਅਤੇ ਲੈਵਲ ਅਪ ਬਹੁਤ ਮਿਲਿਆ ਤਾ ਉਹਨਾਂ
चार्जदार आने लग गए रहा, चार्जदार देख लेने कौन बेस्ट है। मेरा थंडर सुपर बैटरी सीगा। स्केरी फेस यार, अदर बॉम कौन कर दिया यार, स्केरी फेस दिखा के वो चला सी बस। पर मैं हराता इन दो पोकेमोन ना, मैं पूरी टीम डाउन करती यार। और सौखे से राइवल राकेश तेरी चला विक्ट्री रोड आ तुम दिखा। मैं विक्ट्री रोड दिखा दिया सी, ओह ज्यादा टप लिया ज्यादा टप लिया थोड़ा जहा। आ विक्ट्री रोड है, विक्ट्री रोड शुरू कर देना तो विक्ट्री रोड की ट्रेनिंग बहुत होंगी ना, विक्ट्री रोड तो कहते। वाइल्ड पोकेमोन की नहीं, वाइल्ड पोकेमोन तो लैवल लैवल तीन तीन से आ की पोकेमोन लीग। दिस इज द विक्ट्री रोड तड़दन तड़दन। ओ बैजिस तड़दन 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 त। आ सारे बैज चेक कर दे मेरे हम तड़दन 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 तड़दन। कर्फ्यू सुने जी, हाँ मेरे सारे बैज चेक होने देते हम, और कोई गल ही नहीं। हाँ मेरे बैज सारे चेक होते हाँ देख। ते आ विक्ट्री रोड ते इत मैन इतों मैं लंघना ते आल कहना बैच चेक हो गया मेरा। ते तो बाद एक बैच हो चेक होना वा जो कि है मेरा अर्थ बैच, जो कि इत चेक होना है ना आ रहा अर्थ बैच में तो आ रहे विक्ट्री रोड। आ विक्ट्री रोड है ते इत जाने पहला दो मिनट देख लव। मैं तो जाऊंगा विक्ट्री रोड से पहला, पर मैं थोड़ी ट्रेनिंग ट्रूनिंग करनी है वो थोड़ा जहा रही आ रही हो इंडिगो प्लेटो से जाने तो पहले मैं थोड़ी ट्रेनिंग कराँगा इतने ते उस तो बाद जावे इतने। ओके ते उन्हें क्लिक कर दें भाई यार थोड़ा एपिसोड लंबा बट चलता यार।